साधु
শেখ জানান শরীফের হেখ জানান Oh,
सच में मंगन वाले के तेरे
Bye.
हस्त पुषासी Oh,
Hare Krishna.
मंगी है, मंगी है पासो
सो मंगिए Bye.
ਸੁਰਤ ਜੋੜਦਾ ਹੈ ਉਹਨੂੰ ਆਪਣਾ ਸੰਪੂਰਨ ਭਾਵ ਸਮਝ ਆਉਂਦੀ ਹੈ। ਉਹਨੇ ਠੀਕ ਹੈ, ਸਾਡੇ ਕੋਲ ਬੜੇ ਸਾਧਨ ਨੇ, ਸਟੀਕ ਨੇ ਛਪੇ ਹੋਏ, ਅੱਜ ਕੱਲ੍ਹ ਮੋਬਾਈਲ ਦੇ ਵੀ ਅਰਥ ਲੱਭ ਜਾਂਦੇ ਨੇ, ਪਰ ਜਿਹੜਾ ਉਹ ਬਚਨ ਹੈ ਨਾ, ਜਿਹੜੀ ਉਹ ਗੱਲ ਹੈ ਘੜੀਆ ਸ਼ਬਦ ਸੱਚੀ ਟਕਸਾਲ। ਕਲਗੀ ਧਰਮ ਪਿਤਾ ਜੀ ਮਹਾਰਾਜ ਜਦੋਂ ਪ੍ਰਸ਼ਾਦਾ ਛਕਿਆ ਕਰਦੇ ਸੀ, ਇਹ ਮਹਾਰਾਜ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਜਿਹੜਾ ਲਾਸਟ ਮਹਾਰਾਜ ਦਾ ਬਰਕਾ ਹੁੰਦਾ ਸੀ ਨਾ, ਉਹ ਕਿਸੇ ਜੀਵ ਦੇ ਮੂੰਹ ਪਾਉਂਦੇ ਸੀ, ਤੇ ਆਮ ਤੌਰ ਤੇ ਏਦਾਂ ਹੁੰਦਾ ਸੀ ਵੀ ਇੱਕ ਡੂੰਗਰ ਸੀ ਨਾ ਸਿੰਘ ਸਾਹਿਬ ਦੇ ਕਿੰਨਾ ਭਾਗਾਂ ਵਾਲਾ ਹੋਏਗਾ। ਐਨ ਐਗਜੈਕਟ ਟਾਈਮ ਤੇ ਜਦੋਂ ਮਹਾਰਾਜ ਸਾਹਿਬ ਨੇ ਪ੍ਰਸ਼ਾਦਾ ਛਕ ਲੈਣਾ, ਸਮਾਪਤੀ ਕਰਨੀ ਹੋਣੀ, ਤੇ ਉਸ ਕੁੱਕਰ ਨੇ ਗੁਰੂ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਚੁਬਾਰੇ 'ਚ ਬੈਠ ਕੇ, ਚੁਬਾਰਾ ਸਮਝਦੇ ਹੋ ਦੂਸਰੀ ਮੰਜ਼ਿਲ ਜਾਂ ਅੱਜ ਕੱਲ੍ਹ ਫਸਟ ਫਲੋਰ ਕਹਿ ਲਓ, ਮਹਾਰਾਜ ਚੁਬਾਰੇ 'ਚ ਬਹਿ ਕੇ ਪ੍ਰਸ਼ਾਦਾ ਛਕਣਾ। ਜਦੋਂ ਏਦਾਂ ਦਾ ਸਮਾਂ ਬਣਨਾ ਤੇ ਇੱਕ ਕੁੱਕਰ ਨੇ ਆਉਣਾ, ਕੁੱਕਰ ਨੇ ਉਹਨੇ ਐਦਾ ਮੂੰਹ ਤਾਂ ਕਰਕੇ ਇਹ ਪੋਸਚਰ ਬਣਾ ਕੇ ਬਹਿ ਜਾਣਾ ਭਾਈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਪਰੋਂ ਉੱਪਰੋਂ ਆਪਣਾ ਪਾਵਨ ਸੀਤ ਪ੍ਰਸ਼ਾਦ ਛੱਡਣਗੇ ਤੇ ਉਹ ਮੇਰੇ ਮੂੰਹ ਚ ਪੈ ਜਾਣਾ। ਪੈਂਦਾ ਵੀ ਸੀ, ਕਿੰਨਾ ਭਾਗਾਂ ਵਾਲਾ ਹੋਏਗਾ। ਅੱਜ ਅਸੀਂ ਤਰਸਦੇ ਹਾਂ ਇਹਨਾਂ ਗੱਲਾਂ ਨੂੰ, ਪਰ ਅੱਜ ਵੀ ਹੋ ਸਕਦਾ। ਚਲੋ ਉਸ ਗੱਲ ਫੇਰ ਕਰਦੇ ਹਾਂ। ਭਾਈ ਨੰਦ ਲਾਲ ਸਿੰਘ ਜੀ ਨੇ ਦੇਖਿਆ, ਮੈਂ ਭਾਈ ਨੰਦ ਲਾਲ ਸਿੰਘ ਤਾਂ ਵਾਰ ਵਾਰ ਵਰਤ ਰਿਹਾ। ਆਹ ਪਿਛਲੇ ਦਿਨ ਅਸੀਂ ਇੱਕ ਅਦਾਰੇ ਵਿੱਚ ਕਿਸੇ ਨੂੰ ਮਿਲਣ ਵਾਸਤੇ ਗਏ, ਕਹਿੰਦਾ ਜੀ ਭਾਈ ਨੰਦ ਲਾਲ ਜੀ ਦੇ ਕੇਸ ਹੀ ਨਹੀਂ ਸੀ। ਮੈਂ ਕਿਹਾ ਕਮਾਲ ਹੋ ਗਈ। ਉਹ ਜਿਹੜੇ ਭਾਈ ਨੰਦ ਲਾਲ ਸਿੰਘ ਜੀ ਇਹ ਕਹਿਣ ਕਿ ਦੋਵਾਂ ਜਹਾਨਾਂ ਦੀਆਂ ਕੀਮਤੀ ਤੋਂ ਕੀਮਤੀ ਵਸਤਾਂ ਇਕੱਠੀਆਂ ਕਰ ਲਓ, ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਰੋਮ ਦੇ ਬਰਾਬਰ ਕੀਮਤ ਨਹੀਂ ਹੋ ਸਕਦੀ ਇਹਨਾਂ ਦੀ। ਉਹ ਭਲਾ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਤੋਂ ਵੱਜ ਰਹੇ ਹੋਣਗੇ? ਨਹੀਂ। ਹੁਣ ਵਜਣ ਵਾਲਾ ਹੀ ਹੈ। ਭਾਈ ਨੰਦ ਲਾਲ ਸਿੰਘ ਜੀ ਨੇ ਦੇਖਿਆ ਤੇ ਇੱਕ ਦਿਨ ਕੀ ਕੀਤਾ, ਉਹ ਟਾਈਮ ਜਦੋਂ ਆਇਆ ਨਾ ਤਾਂ ਕੁੱਕਰ ਵੀ ਤੁਰਿਆ ਆਵੇ, ਭਾਈ ਸਾਹਿਬ ਜੀ ਨੇ ਕੁੱਕਰ ਮੋੜ ਦਿੱਤਾ। ਦੇਖੋ ਗੁਰੂ ਨਾਲ ਪਿਆਰ ਕਰਨ ਵਾਲੇ ਕਿੱਥੋਂ ਤੱਕ ਪਹੁੰਚਦੇ ਆ। ਕੁੱਕਰ ਮੋੜ ਦਿੱਤਾ ਐਗਜੈਕਟ ਉਸੇ ਜਗ੍ਹਾ ਤੇ, ਠੀਕ ਉਸੇ ਜਗ੍ਹਾ ਤੇ ਆਪ ਬਹਿ ਗਏ। ਤੇ ਜਿਵੇਂ ਉਹ ਕੁੱਕਰ ਮੂੰਹ ਉਤਾਂਹ ਨੂੰ ਕਰਦਾ ਸੀ, ਏਦਾਂ ਭਾਈ ਨੰਦ ਲਾਲ ਸਿੰਘ ਜੀ ਨੇ ਏਦਾਂ ਮੂੰਹ ਉਤਾਂਹ ਕਰਕੇ ਪੂਰੀ ਪੋਸਚਰ ਉਹ ਬਣਾਈ, ਖੋਲਿਆ ਮੂੰਹ। ਅੱਜ ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਦਾ ਹੱਥ ਤੇ ਖਿੜਕੀ ਚੋਂ ਬਾਹਰ ਨਿਕਲਿਆ, ਪਰ ਹੱਥ ਤੋਂ ਥੱਲੇ ਬੁਰਕਾ ਨਹੀਂ ਆਇਆ, ਤਾਹਾਂ ਨਿਕਲ ਗਈਆਂ। ਭਾਈ ਨੰਦ ਲਾਲ ਸਿੰਘ ਜੀ ਦੀਆਂ ਤਾਹਾਂ ਨਿਕਲ ਗਈਆਂ। ਅਗਲੇ ਪਲ ਕਰਾਉਂਦੇ ਹੋਏ ਗੁਰੂ ਚਰਨਾਂ ਵਿੱਚ ਆਏ। ਮਹਾਰਾਜ ਕਹਿੰਦੇ ਵਿਰਾਗ ਕਿਉਂ ਕਰਦੇ ਹੋ? ਜਾਣਦੇ ਤੇ ਸੀ ਸਾਰਾ, ਪਰ ਸਾਨੂੰ ਸਮਝਾਉਣਾ ਹੁੰਦਾ ਨਾ। ਜਿੱਦਾਂ ਅਧਿਆਪਕ ਪਹਿਲਾਂ ਪੜ੍ਹਾ ਲੈਂਦਾ, ਫਿਰ ਕਹਿੰਦਾ ਬੱਚਿਆ ਸੁਣਾਓ,
ਤੇ ਬੱਚਾ ਜੇ ਭੁੱਲੇ ਤੇ ਅਧਿਆਪਕ ਬੋਲਦਾ ਇੱਕ ਦੁਨੀ ਦੂਣੀ ਦੋ ਦੁਨੀ ਚਾਰ, ਇਹਦਾ ਮਤਲਬ ਇਹ ਨੀ ਕਿ ਅਧਿਆਪਕ ਨੇ ਪਤਾ ਨੀ ਆਉਂਦਾ ਹੀ ਸਾਰਾ ਕੁਛ ਉਹ ਸਮਝਾਉਂਦਾ ਸਾਨੂੰ ਸਮਝਾਉਣਾ ਸੀ। ਹੁਣ ਭਾਈ ਨੰਦ ਲਾਲ ਸਿੰਘ ਜੀ ਮਹਾਰਾਜ ਦੇ ਚਰਨਾਂ ਚ ਆਏ ਵਿਰਾਗ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ, ਸੱਚੇ ਪਾਤਸ਼ਾਹ ਕਹਿੰਦੇ ਕੀ ਗੱਲ ਹੈ, ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਨੰਦ ਲਾਲ ਸਿੰਘ ਜੀ ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਮਹਾਰਾਜ ਕਹਿੰਦੇ ਦੱਸੋ, ਕਹਿੰਦੇ ਮਹਾਰਾਜ ਇੱਕ ਫੱਟਾ ਲਿਖ ਕੇ ਮੇਰੇ ਗਲ ਵਿੱਚ ਪਾ ਦਿਓ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੁੱਤਾ ਹੈ, ਹੁਣ ਸਾਡੇ ਪੜੀ ਤੇ ਜਾਂਦੇ ਹਮ ਪੁੱਤਰ ਤੇਰੇ ਦਰਬਾਰ, ਤੇ ਕੋਈ ਕਹੇ ਸਨ ਕੋਈ ਕਹਿ ਕੇ ਤਾਂ ਵੇਖੇ ਸਨ ਕੁੱਤਾ, ਲਿਖਣ ਸਿਰ ਪਾੜ ਦੇਖਣੀ ਹੁੰਦੀ ਆਖਦੇ ਤੇ ਹਾਂ ਹਮ ਪੁੱਤਰ ਤੇਰੇ ਦਰਬਾਰ। ਪਿਆਰਿਓ ਇਹ ਗੱਲ ਬਣੀ ਬਣਾਈ ਨਹੀਂ ਜੇ, ਭਾਈ ਨੰਦ ਲਾਲ ਸਿੰਘ ਜੀ ਨੂੰ ਪੜ੍ਹ ਕੇ ਦੇਖੋ, ਉਹ ਕਹਿੰਦੇ ਨੇ ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ ਰੇਜਾ ਚੇਨੇ ਖਾਨ ਗੁਰੂ ਗੋਬਿੰਦ ਸਿੰਘ। ਸਾਗ ਕੁੱਕਰ ਨੂੰ ਕਹਿੰਦੇ ਆ, ਰਹੋ ਵਿਚਾਰ ਚਲੋ ਬਚਨ ਯਾਦ ਆ ਗਿਆ, ਤੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਨਾ, ਮਨ ਮੋਲਿਓ ਹਰ ਚਰਨ ਸੰਗ ਜਿੱਥੋਂ ਕੀਰਤਨ ਰਾਮ ਮਹਾਰਾਜ ਨੇ ਕਰਵਾਇਆ, ਤੇ ਅੱਜ ਜਿਹਨਾਂ ਦੇ ਆਗਮਨ ਦਿਵਸ ਦੀ ਖੁਸ਼ੀ ਵਿੱਚ ਹੁਣ ਕਈ ਵਾਰੀ ਕਈ ਸੁਣਨਗੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਹੋ ਗਈਆਂ, ਇਹ ਸਾਰੇ ਇੱਕੋ ਹੀ ਨੇ, ਇੱਕੋ ਹੀ ਨੇ, ਇਤਿਹਾਸਕ ਤੌਰ ਤੇ ਸਾਨੂੰ ਗੱਲ ਕਰਨੀ ਪੈਂਦੀ ਪਰ ਹੈ ਇੱਕੋ ਹੀ ਨੇ। ਇਹ ਸਬੂਤ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਕਤ ਫਿਰ ਤੋਂ ਉਜਾਗਰ ਹੋਇਆ, ਜਦੋਂ ਬਾਬਾ ਧੀਰਮਾਲ ਸਿੰਘ ਜੀ ਕੋਲੋਂ ਆਦਿ ਗ੍ਰੰਥ ਸਾਹਿਬ ਜੀ ਦਾ ਉਹ ਸਰੂਪ ਮੰਗਣ ਵਾਸਤੇ ਸਿੰਘ ਭੇਜੇ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ, ਤੇ ਬਾਬਾ ਧੀਰਮਾਲ ਜੀ ਨੇ ਨਾਂਹ ਕਰ ਦਿੱਤੀ ਕਿ ਜੇ ਉਹੀ ਜੋਤ ਨੇ ਤੇ ਸਾਰੀ ਬਾਣੀ ਦੁਬਾਰਾ ਕਿਉਂ ਨਹੀਂ ਰਚਦੀ। ਤੇ ਕਲਗੀਧਰ ਜੀ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਕੰਠੋਂ ਉਚਾਰਿਆ ਸੀ, ਇਹ ਵੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਕਹੀ ਜਾ ਸਕਦੀ। ਤੇ ਇਥੋਂ ਇੱਕ ਗੱਲ ਬਿਲਕੁਲ ਸਾਹਮਣੇ ਆਉਂਦੀ ਹੈ ਕਿ ਸਾਰੇ ਦਸੇ ਸਰੂਪ ਇੱਕ ਜੋਤ ਨੇ, ਇਹ ਇੱਕ ਜੋਤ ਦੀ ਬਾਣੀ ਹੈ, ਜਿੰਨੇ ਭਗਤ ਜਿੰਨੇ ਭੱਟ ਜਿੰਨੇ ਗੁਰੂ ਕੇ ਕੀਰਤਨੀ ਹੈ ਜਿਹੜੇ ਕਥਾਵਾਚਕ ਬਾਬਾ ਸੁੰਦਰ ਜੀ, ਇਹ ਸਾਰੇ ਇੱਕ ਜੋਤ ਹੋ ਗਏ, ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀ। ਤੇ ਪਿਆਰਿਓ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਭੋਰਾ ਭਾਈ ਗੋਂਦਾ ਜੀ, ਇਹ ਕਾਬਲ ਵਿੱਚ ਰਹਿਣ ਵਾਲੇ ਮਹਾਰਾਜ ਦੇ ਹਜ਼ੂਰ ਪਹਿਲਾਂ ਰਹੇ, ਕੀਰਤਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਭੇਜ ਦਿੱਤਾ ਵੀ ਹੁਣ ਆਪਣੇ ਇਲਾਕੇ ਚ ਜਾ ਕੇ ਪ੍ਰਚਾਰ ਕਰੋ, ਗਰੀਬ ਨਵਾਜ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਨੇ, ਸੁਣਿਆ ਜੇ ਅੱਜ ਦਾ ਹੁਣ ਬਚਨ ਮਹਾਰਾਜ ਦਾ ਸੁਣਿਆ ਨਾ, ਗੁਰ ਸ਼ਬਦ ਜੀ ਹਰ ਮਨ ਵਸੈ ਹਰ ਸਹਿਜੇ ਦਾ, ਮੈਨੂੰ ਖਿਮਾ ਕਰਿਓ ਕਾਗਜ਼ਾਂ ਦੀਆਂ ਤਸਵੀਰਾਂ ਦੇ ਚਰਨ ਵਸਾਏ ਨਹੀਂ ਵਸੇ ਰਹੇ, ਗੁਰ ਸ਼ਬਦ ਦੇ ਚਰਨ ਵਸਾਏ ਇਹ ਧੁਰ ਤੱਕ ਜਾਣਗੇ ਸੱਚਖੰਡ ਤੱਕ ਜਾਣਗੇ, ਤੇ ਜਦੋਂ ਤੱਕ ਅਸੀਂ ਆਵਾਂਗੇ ਨਾਲ ਹੀ ਰਹਿਣਗੇ, ਚਰਨ ਗੁਰੂ ਦਾ ਸ਼ਬਦ। ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਵਿੱਚ ਸੁਰਤ ਜੁੜ ਗਈ, ਤੇ ਸੁਰਤ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨ ਫੜ ਲਏ, ਦੋਨੋਂ ਚਰਨ ਫੜ ਲਏ, ਆਸਾ ਕੀ ਵਾਰ ਦਾ ਭੋਗ ਪੈ ਗਿਆ, ਪਰ ਭਾਈ ਗੋਂਦਾ ਜੀ ਦੀ ਸੁਰਤੀ ਜਿਹੜੀ ਉਹਨੇ ਭੋਗ ਨਹੀਂ ਪਾਇਆ, ਜੋ ਪਕੜੇ ਚਰਨ ਸੁਰਤੀ ਕਰਕੇ ਸ਼ਬਦ ਦੁਆਰਾ ਸ਼ਬਦ ਦਾ ਜਾਪ ਹੋਈ ਜਾ ਰਿਹਾ, ਸੁਰਤੀ ਦੁਆਰਾ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨ ਪਕੜੇ ਹੋਏ ਨੇ, ਧੰਨ ਗੁਰੂ ਹਰਿਰਾਇ ਸਾਹਿਬ ਜੀ ਲੋਡੇ ਪੈਰ ਤੱਕ, ਦੁਪਹਿਰ ਤੋਂ ਬਾਅਦ ਲੋਡੇ ਪੈਰ ਤੱਕ ਆਸਣ ਤੋਂ ਨਹੀਂ ਉੱਠੇ ਤੇ ਆਪਣੀ ਮੌਜ ਵਿੱਚ ਆਏ ਨੇ। ਹੁਣ ਇੱਧਰ ਵੀ ਦੇਖਿਆ ਨਾ ਵੀ ਸੰਗਤਾਂ ਲੰਗਰ ਲੇਟ ਹੋ ਗਿਆ, ਮਹਾਰਾਜ ਸਾਹਿਬ ਦੇ ਵਕਤ ਇਹ ਅਸੂਲ ਸੀ ਗੁਰੂ ਹਰਿਰਾਇ ਸਾਹਿਬ ਜੀ ਜਦੋਂ ਤੱਕ ਲੰਗਰ ਵਿੱਚ ਜਾ ਕੇ ਚਰਨ ਨਹੀਂ ਸੀ ਪਾਉਂਦੇ ਲੰਗਰ ਵਰਤਦਾ ਨਹੀਂ, ਆਏ ਨਹੀਂ, ਕਿਸੇ ਦੀ ਹਿੰਮਤ ਵੀ ਨਹੀਂ ਹੈ ਵੀ ਚਲੋ ਜੀ ਉੱਠੋ, ਏਦਾਂ ਹਿੰਮਤ ਨਹੀਂ,
ਭੈ ਭਾਵਨੀ ਵਿੱਚ ਰਹਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੁਪਹਿਰ ਤੋਂ ਬਾਅਦ ਉੱਠੇ ਨੇ, ਲੰਗਰ ਵਿੱਚ ਗਏ ਨੇ, ਚਰਨ ਪਏ, ਅਰਦਾਸਾ ਹੋਇਆ, ਲੰਗਰ ਵਰਤਿਆ। ਪਿਆਰ ਵਾਲੇ ਨੇ ਪੁੱਛਿਆ, ਮਹਾਰਾਜ ਅੱਜ ਕੀ ਕੌਤਕ ਹੈ, ਏਡਾ ਲੰਬਾ ਸਮਾਂ ਆਪ ਜੀ ਬੈਠੇ ਰਹੇ ਤੇ ਸੰਗਤਾਂ